ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਲੋਕ ਇਸ ਸੜਕ ਤੋਂ ਆ ਜਾ ਰਹੇ ਨੇ, ਇੱਕ ਨੌਜਵਾਨ ਤੁਰਿਆ ਜਾ ਰਿਹਾ, ਪਿੱਛੋਂ ਪੈੜ ਨੱਪਦਾ ਆਇਆ ਇੱਕ ਸ਼ਖਸ ਜਿਸ ਨੇ ਪਿਸਤੌਲ ਤਾਣੀ, ਬੇਹੱਦ ਕਰੀਬ ਤੋਂ ਇਸ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰੀ ਔਰ ਇਹ ਨੌਜਵਾਨ ਤੜਫਦਾ ਹੋਇਆ ਜ਼ਮੀਨ 'ਤੇ ਡਿੱਗ ਪਿਆ। ਇਸ ਵਾਰਦਾਤ ਨੂੰ ਅੰਜਾਮ ਦੇ ਕੇ ਹਥਿਆਰਾ ਮੌਕੇ ਤੋਂ ਫਰਾਰ ਹੋ ਗਿਆ। ਦਿੱਲੀ ਨਾਰਥ ਈਸਟ ਦਿੱਲੀ ਦੇ ਸੀਲਮਪੁਰ ਇਲਾਕੇ ਦੀਆਂ ਇਹ ਤਸਵੀਰਾਂ ਨੇ ਸੀਲਮਪੁਰ ਦੀ ਕਬਾੜੀ ਮਾਰਕੀਟ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੁਰੇ ਜਾ ਰਹੇ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਹਥਿਆਰਾ ਮੌਕੇ ਤੋਂ ਭੱਜ ਗਿਆ ਅਤੇ ਇਹ ਨੌਜਵਾਨ ਤੜਫਦਾ ਹੋਇਆ ਜ਼ਮੀਨ 'ਤੇ ਡਿੱਗ ਪਿਆ, ਕਾਫੀ ਸਮਾਂ ਉੱਥੇ ਪਿਆ ਰਿਹਾ। ਹਾਲਾਂਕਿ ਇੱਕ ਸ਼ਖਸ ਕੋਲੇ ਆਇਆ ਜਿਸ ਨੇ ਇਸ ਨੌਜਵਾਨ ਨੂੰ ਦੇਖਿਆ ਔਰ ਹਥਿਆਰੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਦੇ ਵਿੱਚ ਭਗਦੜ ਮੱਚ ਗਈ ਔਰ ਇਹ ਸ਼ਖਸ ਜਿਸ ਨੇ ਬਿਲਕੁਲ ਕੋਲੇ ਆ ਕੇ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ। ਜ਼ਖਮੀ ਨੌਜਵਾਨ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਫਿਲਹਾਲ ਆਰੋਪੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ, ਜਿਸ ਦੀ ਭਾਲ ਦੇ ਲਈ ਛਾਪੇਮਾਰੀਆਂ ਜਾਰੀ ਨੇ। ਪੁਲਿਸ ਨੇ IPC ਦੀ ਧਾਰਾ 307 ਅਤੇ ਆਰਮਸ ਐਕਟ ਦਾ ਮੁਕੱਦਮਾ ਦਰਜ ਕਰਕੇ ਇਸ ਦੀ ਭਾਲ ਸ਼ੁਰੂ ਕੀਤੀ। ਤਾਂ ਦੱਸ ਦਈਏ ਕਿ ਤੁਰੇ ਜਾ ਰਹੇ ਨੌਜਵਾਨ ਦੇ ਬੇਹੱਦ ਕੋਲੇ ਆ ਕੇ ਇੱਕ ਸ਼ਖਸ ਦੇ ਵੱਲੋਂ ਪਿੱਛੋਂ ਗੋਲੀ ਮਾਰੀ ਗਈ, ਸਿਰ ਦੇ ਵਿੱਚ ਗੋਲੀ ਵੱਜਣ ਕਰਕੇ ਨੌਜਵਾਨ ਇੱਕਦਮ ਜ਼ਮੀਨ 'ਤੇ ਡਿੱਗ ਪਿਆ ਔਰ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਇਸ ਜ਼ਖਮੀ ਨੌਜਵਾਨ ਦੀ ਹਸਪੀਟਲ ਦੇ ਵਿੱਚ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਲੋਕ ਇਸ ਸੜਕ ਤੋਂ ਆ ਜਾ ਰਹੇ ਨੇ, ਇੱਕ ਨੌਜਵਾਨ ਤੁਰਿਆ ਜਾ ਰਿਹਾ, ਪਿੱਛੋਂ ਪੈੜ ਨੱਪਦਾ ਆਇਆ ਇੱਕ ਸ਼ਖਸ ਜਿਸ ਨੇ ਪਿਸਤੌਲ ਤਾਣੀ, ਬੇਹੱਦ ਕਰੀਬ ਤੋਂ ਇਸ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰੀ ਔਰ ਇਹ ਨੌਜਵਾਨ ਤੜਫਦਾ ਹੋਇਆ ਜ਼ਮੀਨ 'ਤੇ ਡਿੱਗ ਪਿਆ। ਇਸ ਵਾਰਦਾਤ ਨੂੰ ਅੰਜਾਮ ਦੇ ਕੇ ਹਥਿਆਰਾ ਮੌਕੇ ਤੋਂ ਫਰਾਰ ਹੋ ਗਿਆ। ਦਿੱਲੀ ਨਾਰਥ ਈਸਟ ਦਿੱਲੀ ਦੇ ਸੀਲਮਪੁਰ ਇਲਾਕੇ ਦੀਆਂ ਇਹ ਤਸਵੀਰਾਂ ਨੇ ਸੀਲਮਪੁਰ ਦੀ ਕਬਾੜੀ ਮਾਰਕੀਟ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੁਰੇ ਜਾ ਰਹੇ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਹਥਿਆਰਾ ਮੌਕੇ ਤੋਂ ਭੱਜ ਗਿਆ ਅਤੇ ਇਹ ਨੌਜਵਾਨ ਤੜਫਦਾ ਹੋਇਆ ਜ਼ਮੀਨ 'ਤੇ ਡਿੱਗ ਪਿਆ, ਕਾਫੀ ਸਮਾਂ ਉੱਥੇ ਪਿਆ ਰਿਹਾ। ਹਾਲਾਂਕਿ ਇੱਕ ਸ਼ਖਸ ਕੋਲੇ ਆਇਆ ਜਿਸ ਨੇ ਇਸ ਨੌਜਵਾਨ ਨੂੰ ਦੇਖਿਆ ਔਰ ਹਥਿਆਰੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਦੇ ਵਿੱਚ ਭਗਦੜ ਮੱਚ ਗਈ ਔਰ ਇਹ ਸ਼ਖਸ ਜਿਸ ਨੇ ਬਿਲਕੁਲ ਕੋਲੇ ਆ ਕੇ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ। ਜ਼ਖਮੀ ਨੌਜਵਾਨ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਫਿਲਹਾਲ ਆਰੋਪੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ, ਜਿਸ ਦੀ ਭਾਲ ਦੇ ਲਈ ਛਾਪੇਮਾਰੀਆਂ ਜਾਰੀ ਨੇ। ਪੁਲਿਸ ਨੇ IPC ਦੀ ਧਾਰਾ 307 ਅਤੇ ਆਰਮਸ ਐਕਟ ਦਾ ਮੁਕੱਦਮਾ ਦਰਜ ਕਰਕੇ ਇਸ ਦੀ ਭਾਲ ਸ਼ੁਰੂ ਕੀਤੀ। ਤਾਂ ਦੱਸ ਦਈਏ ਕਿ ਤੁਰੇ ਜਾ ਰਹੇ ਨੌਜਵਾਨ ਦੇ ਬੇਹੱਦ ਕੋਲੇ ਆ ਕੇ ਇੱਕ ਸ਼ਖਸ ਦੇ ਵੱਲੋਂ ਪਿੱਛੋਂ ਗੋਲੀ ਮਾਰੀ ਗਈ, ਸਿਰ ਦੇ ਵਿੱਚ ਗੋਲੀ ਵੱਜਣ ਕਰਕੇ ਨੌਜਵਾਨ ਇੱਕਦਮ ਜ਼ਮੀਨ 'ਤੇ ਡਿੱਗ ਪਿਆ ਔਰ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਇਸ ਜ਼ਖਮੀ ਨੌਜਵਾਨ ਦੀ ਹਸਪੀਟਲ ਦੇ ਵਿੱਚ ਹਾਲਤ ਨਾਜ਼ੁਕ ਬਣੀ ਹੋਈ ਹੈ।
ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਲੋਕ ਇਸ ਸੜਕ ਤੋਂ ਆ ਜਾ ਰਹੇ ਨੇ। ਇੱਕ ਨੌਜਵਾਨ ਤੁਰਿਆ ਜਾ ਰਿਹਾ, ਪਿੱਛੋਂ ਪੈਰ ਨੱਪਦਾ ਆਇਆ ਇੱਕ ਸ਼ਖਸ ਜਿਸ ਨੇ ਪਿਸਤੌਲ ਤਾਣੀ, ਬੇਹੱਦ ਕਰੀਬ ਤੋਂ ਇਸ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰੀ ਔਰ ਇਹ ਨੌਜਵਾਨ ਤੜਫਦਾ ਹੋਇਆ ਜ਼ਮੀਨ 'ਤੇ ਡਿੱਗ ਪਿਆ। ਇਸ ਵਾਰਦਾਤ ਨੂੰ ਅੰਜਾਮ ਦੇ ਕੇ ਹਥਿਆਰਾਂ ਮੌਕੇ ਤੋਂ ਫਰਾਰ ਹੋ ਗਿਆ। ਦਿੱਲੀ ਨਾਰਥ ਈਸਟ ਦਿੱਲੀ ਦੇ ਸੀਲਮਪੁਰ ਇਲਾਕੇ ਦੀਆਂ ਇਹ ਤਸਵੀਰਾਂ ਨੇ। ਸੀਲਮਪੁਰ ਦੀ ਕਬਾੜੀ ਮਾਰਕੀਟ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੁਰੇ ਜਾ ਰਹੇ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਹਥਿਆਰਾਂ ਮੌਕੇ ਤੋਂ ਭੱਜ ਗਿਆ ਅਤੇ ਇਹ ਨੌਜਵਾਨ ਤੜਫਦਾ ਹੋਇਆ ਜ਼ਮੀਨ 'ਤੇ ਡਿੱਗ ਪਿਆ, ਕਾਫੀ ਸਮਾਂ ਉੱਥੇ ਪਿਆ ਰਿਹਾ। ਹਾਲਾਂਕਿ ਇੱਕ ਸ਼ਖਸ ਕੋਲੇ ਆਇਆ ਜਿਸ ਨੇ ਇਸ ਨੌਜਵਾਨ ਨੂੰ ਦੇਖਿਆ ਔਰ ਹਥਿਆਰੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਦੇ ਵਿੱਚ ਭਗਦੜ ਮੱਚ ਗਈ ਔਰ ਇਹ ਸ਼ਖਸ ਜਿਸ ਨੇ ਬਿਲਕੁਲ ਕੋਲੇ ਆ ਕੇ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ। ਜ਼ਖਮੀ ਨੌਜਵਾਨ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਫਿਲਹਾਲ ਆਰੋਪੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ, ਜਿਸ ਦੀ ਭਾਲ ਦੇ ਲਈ ਛਾਪੇਮਾਰੀਆਂ ਜਾਰੀ ਨੇ। ਪੁਲਿਸ ਨੇ IPC ਦੀ ਧਾਰਾ 307 ਅਤੇ ਆਰਮਜ਼ ਐਕਟ ਦਾ ਮੁਕੱਦਮਾ ਦਰਜ ਕਰਕੇ ਇਸ ਦੀ ਭਾਲ ਸ਼ੁਰੂ ਕੀਤੀ। ਤਾਂ ਦੱਸ ਦਈਏ ਕਿ ਤੁਰੇ ਜਾ ਰਹੇ ਨੌਜਵਾਨ ਦੇ ਬੇਹੱਦ ਕੋਲੇ ਆ ਕੇ ਇੱਕ ਸ਼ਖਸ ਦੇ ਵੱਲੋਂ ਪਿੱਛੋਂ ਗੋਲੀ ਮਾਰੀ ਗਈ, ਸਿਰ ਦੇ ਵਿੱਚ ਗੋਲੀ ਵੱਜਣ ਕਰਕੇ ਨੌਜਵਾਨ ਇੱਕਦਮ ਜ਼ਮੀਨ 'ਤੇ ਡਿੱਗ ਪਿਆ ਔਰ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਇਸ ਜ਼ਖਮੀ ਨੌਜਵਾਨ ਦੀ ਹਸਪੀਟਲ ਦੇ ਵਿੱਚ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਲੋਕ ਇਸ ਸੜਕ ਤੋਂ ਆ ਜਾ ਰਹੇ ਨੇ। ਇੱਕ ਨੌਜਵਾਨ ਤੁਰਿਆ ਜਾ ਰਿਹਾ, ਪਿੱਛੋਂ ਪੈਰ ਨੱਪਦਾ ਆਇਆ ਇੱਕ ਸ਼ਖਸ ਜਿਸ ਨੇ ਪਿਸਤੌਲ ਤਾਣੀ, ਬੇਹੱਦ ਕਰੀਬ ਤੋਂ ਇਸ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰੀ ਔਰ ਇਹ ਨੌਜਵਾਨ ਤੜਫਦਾ ਹੋਇਆ ਜ਼ਮੀਨ 'ਤੇ ਡਿੱਗ ਪਿਆ। ਇਸ ਵਾਰਦਾਤ ਨੂੰ ਅੰਜਾਮ ਦੇ ਕੇ ਹਥਿਆਰਾਂ ਮੌਕੇ ਤੋਂ ਫਰਾਰ ਹੋ ਗਿਆ। ਦਿੱਲੀ ਨਾਰਥ ਈਸਟ ਦਿੱਲੀ ਦੇ ਸੀਲਮਪੁਰ ਇਲਾਕੇ ਦੀਆਂ ਇਹ ਤਸਵੀਰਾਂ ਨੇ। ਸੀਲਮਪੁਰ ਦੀ ਕਬਾੜੀ ਮਾਰਕੀਟ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤੁਰੇ ਜਾ ਰਹੇ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਹਥਿਆਰਾਂ ਮੌਕੇ ਤੋਂ ਭੱਜ ਗਿਆ ਅਤੇ ਇਹ ਨੌਜਵਾਨ ਤੜਫਦਾ ਹੋਇਆ ਜ਼ਮੀਨ 'ਤੇ ਡਿੱਗ ਪਿਆ, ਕਾਫੀ ਸਮਾਂ ਉੱਥੇ ਪਿਆ ਰਿਹਾ। ਹਾਲਾਂਕਿ ਇੱਕ ਸ਼ਖਸ ਕੋਲੇ ਆਇਆ ਜਿਸ ਨੇ ਇਸ ਨੌਜਵਾਨ ਨੂੰ ਦੇਖਿਆ ਔਰ ਹਥਿਆਰੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਦੇ ਵਿੱਚ ਭਗਦੜ ਮੱਚ ਗਈ ਔਰ ਇਹ ਸ਼ਖਸ ਜਿਸ ਨੇ ਬਿਲਕੁਲ ਕੋਲੇ ਆ ਕੇ ਨੌਜਵਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ। ਜ਼ਖਮੀ ਨੌਜਵਾਨ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਫਿਲਹਾਲ ਆਰੋਪੀ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ, ਜਿਸ ਦੀ ਭਾਲ ਦੇ ਲਈ ਛਾਪੇਮਾਰੀਆਂ ਜਾਰੀ ਨੇ। ਪੁਲਿਸ ਨੇ IPC ਦੀ ਧਾਰਾ 307 ਅਤੇ ਆਰਮਜ਼ ਐਕਟ ਦਾ ਮੁਕੱਦਮਾ ਦਰਜ ਕਰਕੇ ਇਸ ਦੀ ਭਾਲ ਸ਼ੁਰੂ ਕੀਤੀ। ਤਾਂ ਦੱਸ ਦਈਏ ਕਿ ਤੁਰੇ ਜਾ ਰਹੇ ਨੌਜਵਾਨ ਦੇ ਬੇਹੱਦ ਕੋਲੇ ਆ ਕੇ ਇੱਕ ਸ਼ਖਸ ਦੇ ਵੱਲੋਂ ਪਿੱਛੋਂ ਗੋਲੀ ਮਾਰੀ ਗਈ, ਸਿਰ ਦੇ ਵਿੱਚ ਗੋਲੀ ਵੱਜਣ ਕਰਕੇ ਨੌਜਵਾਨ ਇੱਕਦਮ ਜ਼ਮੀਨ 'ਤੇ ਡਿੱਗ ਪਿਆ ਔਰ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਇਸ ਜ਼ਖਮੀ ਨੌਜਵਾਨ ਦੀ ਹਸਪੀਟਲ ਦੇ ਵਿੱਚ ਹਾਲਤ ਨਾਜ਼ੁਕ ਬਣੀ ਹੋਈ ਹੈ।